फाजिल का विच तूफान ने मचाई तबाही, 9 व्यक्ति जख्मी। बीती शाम सरहदी पिंड बकैन वाला को आए तूफान ने तबाही मचाई, 9 व्यक्ति जख्मी हो गए हैं। दर्जना घर ढह गए, कई घर दियां छत्तां उड गई। किन्नू दे बागां समेत कई दरख्त जड़ों पुट्टे गए। डिप्टी कमिश्नर सेनू दुग्गल ने पिंड दा दौरा किया। उसने दस्या कि पिंड च वड्डे पद्धर ते तबाही हुई है। उन्हें दस्या कि घर दियां छत्तां अते कंधां डिगण कारण 9 व्यक्ति जख्मी हो गए। जख्मियों नूं स्थानिक सिविल हस्पताल पहुँचाया गया। सूत्रां ने दस्या कि इन्हां विचों 2 गंभीर जख्मी हैं अते उन्हां नूं मैडिकल कॉलेज अते हस्पताल फरीदकोट विखे भर्ती करवाया गया है। बारिश के दौरान ही पिंड बकैन वाला जो साढ़े हल्का फाजिलका दे विच है तो एक जिहड़ा चक्करवती जिहड़ा जिहनूं वावरोला पंजाबी कह दिंदे आ ਉਹ ਯਕਦਮ ਹੀ ਬਕੈਨ ਵਾਲਾ ਤੋਂ ਉੱਠਿਆ ਔਰ ਬਕੈਨ ਵਾਲਾ ਪਿੰਡ ਦੇ ਬਾਹਰਲੇ ਪਾਸੇ ਜੋ ਬਹੁਤ ਨੁਕਸਾਨ ਕੀਤਾ, ਬਾਗ ਨੇ ਜਾਂ ਕਈ ਲੋਕਾਂ ਦੇ ਘਰ ਨੇ, ਕਈਆਂ ਦੇ ਘਰ ਇੱਥੇ ਜਿਹੜੇ ਲੋਕਾਂ ਦੇ ਟਹਿ ਗਏ ਨੇ। ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਉਸ ਟਾਈਮ ਜਿਹੜਾ ਇਹ ਨੁਕਸਾਨ ਹੋਇਆ ਤਾਂ ਲੋਕਾਂ ਨੇ ਆ ਕੇ ਜਿਹੜੇ ਕੋਈ ਜਿਹੜੇ ਘਰਾਂ ਦੇ ਥੱਲੇ ਲੋਕ ਆ ਗਏ ਉਹਨਾਂ ਨੂੰ ਕੱਢ ਕੇ ਉਹਨਾਂ ਦੀ ਜਾਨ ਬਚਾਈ ਹੈ ਔਰ ਜਿਹੜੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ, ਜੋ ਬਾਗ ਨੇ ਉਹ ਜਿਹੜੇ ਪੂਰੀ ਤਰ੍ਹਾਂ ਹੀ ਖਤਮ ਹੋ ਚੁੱਕੇ ਨੇ ਔਰ ਜਿਹੜੇ ਘਰ ਤਬਾਹ ਹੋਏ ਨੇ ਔਰ ਜੋ ਵੀ ਲੋਕਾਂ ਦਾ ਨੁਕਸਾਨ ਹੋਇਆ ਆ ਕੇ ਦੇਖਿਆ ਹੁਣੇ। ਔਰ ਮੈਂ ਪਿੰਡ ਵਾਲਿਆਂ ਦਾ ਇੱਕ ਜਿਹੜਾ ਇਹਨਾਂ ਨੇ ਅੱਜ ਇੱਥੇ ਮੌਕੇ 'ਤੇ ਪਹੁੰਚ ਕੇ ਲੋਕਾਂ ਦੀ ਮਦਦ ਕੀਤੀ ਹੈ, ਮੈਂ ਸਮਝਦਾ ਬਹੁਤ ਚੰਗਾ ਜਿਹੜਾ ਇਹਨਾਂ ਨੇ ਸੁਨੇਹਾ ਸਮਾਜ ਦੇ ਵਿੱਚ ਦਿੱਤਾ ਹੈ ਜੋ ਮਦਦ ਕਰਨਾ ਲੋਕਾਂ ਦੀ। ਜਿਵੇਂ ਦੱਸ ਰਹੇ ਸੀਗੇ ਇੱਕ ਸ਼ਖਸ ਤਾਂ 2 ਘੰਟੇ ਜਿਹੜਾ ਥੱਲੇ ਮਲਬੇ 'ਤੇ ਦੱਬਿਆ ਰਿਹਾ, ਜਿਹਨੂੰ ਪਿੰਡ ਵਾਲਿਆਂ ਨੇ ਸਾਰਿਆਂ ਨੇ ਹੈਲਪ ਕਰਕੇ ਕੱਢਿਆ ਔਰ ਤਕਰੀਬਨ 10 ਦੇ ਕਰੀਬ ਲੋਕ ਘਾਇਲ ਹੋਏ ਨੇ ਜੋ ਹੋਸਪਿਟਲ ਦੇ ਵਿੱਚ ਦਾਖਲ ਨੇ, ਉਹਨਾਂ ਦਾ ਇਲਾਜ ਚੱਲ ਰਿਹਾ ਔਰ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਉਹਨਾਂ ਦੀ ਜਾਨ ਜਿਹੜੀ ਹੈ ਸੁਰੱਖਿਅਤ ਹੈ ਔਰ ਸਰਕਾਰ ਹੈ ਜੋ ਉਹਨਾਂ ਦਾ ਇਲਾਜ ਹੈ ਜੋ ਜ਼ਿੰਮੇਵਾਰੀ ਹੈ ਸਰਕਾਰ ਦੀ ਉਹਨਾਂ ਦਾ ਇਲਾਜ ਕਰਾਊਗੀ ਔਰ ਜੋ ਵੀ ਨੁਕਸਾਨ ਹੋਇਆ ਸਾਰਾ ਜਿਹੜਾ ਸਰਵੇ ਕਰਕੇ, ਚਾਹੇ ਕਿਸੇ ਦਾ ਕੋਈ ਫਸਲਾਂ ਦਾ ਨੁਕਸਾਨ ਹੋਇਆ, ਚਾਹੇ ਕਿਸੇ ਦਾ ਕੋਈ ਮਕਾਨ ਘਰ ਦਾ ਨੁਕਸਾਨ ਹੋਇਆ, ਉਹ ਜਿਹੜਾ ਸਾਰਾ ਮੁਆਵਜ਼ਾ ਜੋ ਦੇਖ ਕੇ ਕਿੰਨਾ ਨੁਕਸਾਨ ਹੈ ਸਾਰਾ ਜਿਹੜਾ ਸਰਕਾਰ ਵੱਲੋਂ ਇਹਨਾਂ ਲੋਕਾਂ ਨੂੰ ਅਸੀਂ ਦੇਵਾਂਗੇ। ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਲੋਕਾਂ ਦੇ ਨਾਲ ਹੈ ਔਰ ਮੈਂ ਅਰਦਾਸ ਕਰਦਾ ਜੋ ਘਾਇਲ ਹੋਏ ਨੇ ਪਰਮਾਤਮਾ ਉਹਨਾਂ ਨੂੰ ਜਲਦੀ ਤੰਦਰੁਸਤੀ ਬਖਸ਼ੇ। ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼ ਦਾ ਅਫੀਸ਼ੀਅਲ ਯੂਟਿਊਬ ਚੈਨਲ।